ਦੇਖੋ, ਅਸੀਂ ਕਹਾਂਗੇ ਕਿ ਜਿਹੜੇ ਗੁੰਡਿਆਂ ਨੇ ਇਹਨੂੰ ਕੁੱਟਿਆ ਜਾਂ ਪੁਲਿਸ ਵਾਲਿਆਂ ਨੇ ਇਹਨੂੰ ਕੁੱਟਿਆ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਸਰ, ਜੇ ਕੋਈ ਕਾਰਵਾਈ ਨਹੀਂ ਹੁੰਦੀ ਕਿਤੇ ਤੁਸੀਂ? ਜੇ ਨਾ ਕਾਰਵਾਈ ਹੁੰਦੀ ਤਾਂ ਅਸੀਂ ਸਾਰੀ ਪਾਰਟੀ ਰਹਿ ਕਰਕੇ ਜੋ ਅਗਲਾ ਪ੍ਰੋਗਰਾਮ ਹੋਵੇਗਾ, ਕਿਉਂਕਿ ਅੱਜ ਤਾਂ ਅਜੇ ਉਹਦੇ ਮੈਂ ਦੇਖ ਰਿਹਾ ਜੋ ਤੁਸੀਂ ਵੀ ਵੇਖਿਆ ਉਹ ਬਸੁਰਤੀ 'ਚ ਉਹਦੇ ਹਾਲਾਤ ਮਾੜੇ ਨੇ। ਮੈਂ ਤਾਂ ਉਹਨੂੰ ਇਹ ਸਦਭਾਵਨਾ ਰੈਲੀ ਕਹਿੰਦੇ ਨੇ, ਮੈਂ ਉਹਨੂੰ ਕਹਿੰਦਾ ਕਿ ਜਬਰ ਰੈਲੀ ਹੋ ਰਹੀ, ਜਬਰ ਰੈਲੀ ਨੂੰ ਮੈਂ ਨਾਂ ਦੇਣਾ, ਕਿਉਂਕਿ ਇਹਨਾਂ ਹਦਾਇਤਾਂ ਕਰ ਦਿੱਤੀਆਂ ਨੇ ਥੱਲੇ ਆਪਦੇ ਸਰਪੰਚਾਂ ਨੂੰ ਵੀ ਜਿਹੜਾ ਬੱਸ ਨਾ ਭਰ ਕੇ ਲਿਆਇਆ ਉਹਨੂੰ ਗ੍ਰਾਂਟ ਨਹੀਂ ਦੇਣੀ, ਜਿਹੜੇ ਉੱਥੇ DTO ਲੱਗੇ ਨੇ ਉਹਨਾਂ ਨੂੰ ਹਦਾਇਤਾਂ ਕਰਤੀਆਂ ਵੀ ਜਿਹੜੀ ਬੱਸ ਵਾਲੇ ਬੱਸ ਨਾ ਦਿੱਤੀ ਉਹਦਾ ਪਰਮਿਟ ਕੈਂਸਲ ਕਰ ਦਿਓ, ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਸ ਲਈ ਇਹ ਰੈਲੀ ਅਕਾਲੀਆਂ ਦੀ ਰੈਲੀ ਨਹੀਂ, ਇਹ ਤਾਂ ਇੱਕ ਜਬਰ ਰੈਲੀ, ਅਕਾਲੀ ਤਾਂ ਘੁਆਉਣ ਦੇ ਹੱਕਦਾਰ ਹੀ ਨਹੀਂ। ਜੇ ਉੱਥੇ ਬਈਆਂ ਦਾ ਇਕੱਠ ਹੋਵੇਗਾ, ਉੱਥੇ ਗਰੀਬ ਲੋਕਾਂ ਨੂੰ ਧੱਕਿਆਂ ਨਾਲ ਲੈਂਦਾ ਜਾਵੇਗਾ, ਉੱਥੋਂ ਹਰਿਆਣੇ 'ਚ ਲੋਕ ਆਉਣਗੇ ਔਰ ਇਹਨਾਂ ਦਾ ਇਕੱਠ ਜਿਹੜਾ ਉਹ ਬਹੁਤ ਮਾੜਾ ਰਹੇਗਾ।